ਹੈਲੋ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮੈਂ ਤੁਹਾਡਾ ਆਪਣਾ ਅਲੱਗ ਹੀ ਸਮਾਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਵਧੀਆ ਇਸ ਵੀਡੀਓ 'ਚ। ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ, ਪਿਛਲੇ ਵੀਡੀਓ ਵਿੱਚ ਆਪਾਂ ਨਵੇਂ ਤਵਣਾ ਲੈ ਕੇ ਆਏ ਸੀਗੇ, ਅਤੇ ਅੱਜ ਆਪਾਂ ਆਹੀ ਤਵਣਾ ਨੂੰ ਟੈਸਟ ਕਰ ਰਹੇ ਹਾਂ ਅਤੇ ਵਾਹਣ ਵਾਹ ਰਹੇ ਹਾਂ ਇਹਨਾਂ ਨਾਲ, ਅਤੇ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ। ਟਰੈਕਟਰ ਥੋੜ੍ਹਾ ਥੋੜ੍ਹਾ ਦਾਬ ਰਿਹਾ, ਜਿੰਨਾ ਚਿਕਰ ਵੀਰੇ ਆਪਾਂ ਵਾਹਣ ਵਾਹ ਕੇ ਦੂਜੇ ਬਾਅਦ 'ਚ ਜਾਂਦੇ ਹੁੰਦੇ ਚਿਕਰ ਚੜੇ। ਮੇਰੇ ਵੀਰ ਭੈਣ ਭਰਾ ਆਪਣੇ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਅਤੇ ਨਾਲ ਦਿੱਤਾ ਗਿਆ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਾ, ਤਾਂ ਕਿ ਉਹਨਾਂ ਨੂੰ ਮੇਰੇ ਨਵੇਂ ਨਵੇਂ ਅਤੇ ਘੈਂਟ ਘੈਂਟ ਹੁੰਦੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਦੇ। ਪਰ ਮੇਰੇ ਮੈਨੂੰ ਨਹੀਂ ਪਤਾ ਤੁਸੀਂ ਉਹ ਨੋਟਿਸ ਕੀਤਾ ਕਿ ਨਹੀਂ ਕੀਤਾ, ਪਰ ਮੈਂ ਕੀਤਾ ਵੀ ਜਦੋਂ ਆਪਾਂ ਟਰੈਕਟਰ ਉੱਥੋਂ ਮੁੜਿਆ, ਟਰੈਕਟਰ ਅੱਗੇ ਚੱਕਿਆ ਗਿਆ ਸੀ, ਟਰੈਕਟਰ ਨੇ ਪੂਰਾ ਹੰਪ ਲਿਆ ਮੇਰੂ। ਤਾਂ ਆਪਣਾ ਬਸ ਆਹ ਕਿੱਲਾ ਵਾਇਆ ਵੀ ਜਾ ਸਕਿਆ, ਥੋੜ੍ਹਾ ਹੀ ਰਹਿ ਗਿਆ। ਦੇਖੋ ਦੇਖੋ ਦੇਖੋ, ਚੱਕਿਆ ਜਾਂਦਾ ਨਾ ਟਰੈਕਟਰ ਮੂਹਰੋਂ, ਕੌਣ ਕੀ ਸਿਸਟਮ ਯਾਰ, ਕਾਹਤੋਂ ਚੱਕਿਆ ਜਾਂਦਾ ਹੈਗਾ ਕੋਈ ਫਾਲਟ। ਤਾਂ ਇਹ ਆਪਣੇ ਟਰੈਕਟਰ ਦਾ ਅੰਦਰ ਦਾ ਵਿਊ, ਅਤੇ ਹੁਣ ਪਿੱਛੋਂ ਤਾਊਂਗਾ ਦੀ ਜਾਣੀ, ਕਿਉਂਕਿ ਆ ਮਿਊਜ਼ਿਕ ਸਿਸਟਮ ਬਹੁਤ ਵੱਡਾ ਲੱਗਿਆ ਹੋਇਆ। ਆਈਂ ਦੇਖਦੇ ਹਾਂ ਤਾਊਂਗਾ, ਅਤੇ ਆਹ ਮਗਰ ਇਹਨਾਂ ਦੇ ਕੁੰਡੇ ਜਿਹੇ ਲੱਗੇ, ਪਤਾ ਨਹੀਂ ਕੀ ਫਸਾਉਣ ਨੂੰ। ਤਾਂ ਹੁਣ ਆਪਾਂ ਇੱਥੋਂ ਫਿਰ ਇੱਕ ਟਰਨ ਲੈ ਲਈਏ, ਉਹਦੇ ਗੇੜੇ 'ਚ ਬਸ ਇੱਕ ਗੇੜਾ ਹੀ ਲੱਗਣਾ, ਬਸ ਸਾਰਾ ਬੰਦ ਹੋ ਜਾਣਾ ਹੈ। ਸਵਰਾਜ ਵੀਰੇ ਆਪਣਾ ਹਲਾ ਤਾਂ ਲਾਇਆ ਹੋਇਆ, ਉਹ ਦੂਜਾ ਵਾਹਨ ਦਾ ਵਾਹ ਰਿਹਾ, ਅਤੇ ਅਰਜਨ ਝੋਟਾ ਆਪਣਾ ਕਿਹੜਾ ਖੜਾ ਗਾ। ਅਰਜਨ ਝੋਟੇ ਦੇ ਮਗਰ ਪਾਵਾਂਗੇ ਬੀਜਾਂ ਦੀ ਮਸ਼ੀਨ, ਅਤੇ ਬੀਜਾਂਗੇ ਹੁਣ ਤਾਂ ਕਿਹੜਾ ਆਹੀ ਦੋ ਟਰੈਕਟਰ ਚੱਲ ਰਿਹਾ। ਸੁਣਦੀ ਹੋ ਵੀ ਬਾਏ ਕਿ ਨਹੀਂ, ਹਾਏ ਤਾਂ ਯਾਰ ਇਹਨਾਂ ਦੀ ਟੈਕਨੀਕ ਕੱਠੀਆਂ ਵਾਲਾ ਨਾ ਘੰਟ ਹੁੰਦੀਆਂ ਤਵਾ ਜੀ। ਦੇਖੋ ਲੈਫਟ ਚੱਕੀ ਗਈ, ਹੁਣ ਆਪਾਂ ਇਹਨਾਂ ਨੂੰ ਦੂਜੇ ਪਾਸੇ ਲੈ ਕੇ ਜਾਣਾ, ਤਾਂ ਹੁਣ ਆਪਾਂ ਟਰੈਕਟਰ ਫੁੱਲ ਖਿੱਚ ਦਿੰਦੇ ਹਾਂ। ਆ ਖੜਾ ਅਰਜਨ ਝੋਟਾ ਆਪਣਾ, ਤਾਂ ਹੁਣ ਆਪਾਂ ਜਾਂਦੇ ਹਾਂ ਬਈ ਦੂਜੇ ਕਿੱਲੇ 'ਚ। ਉਹ ਦੇਖ ਚੱਕਿਆ ਗਿਆ ਸੀ ਨਾ ਫਿਰ ਮਗਰ, ਤਾਂ ਹੁਣ ਆਪਾਂ ਇੱਕ ਕਿੱਲਾ ਵਾਹ ਦਿੱਤਾ, ਅਤੇ ਹੁਣ ਆਪਾਂ ਚੱਲੇ ਹਾਂ ਦੂਜੇ ਕਿੱਲੇ 'ਚ, ਦੂਜਾ ਕਿੱਲਾ ਵੀ ਵਾਹ ਦੇ ਗਏ। ਫੁੱਲ 'ਤੇ ਜਾ ਰਿਹਾ ਆਪਣਾ ਫੋੜ, ਫੋੜ ਕਹਿੰਦਾ ਮੈਂ ਨਹੀਂ ਉਹ ਘੱਟ ਕਿਸੇ ਤੋਂ, ਤਾਂ ਮੋੜਤਾ ਆਪਾਂ ਫੋੜ। ਉਹ ਦੇਖ ਚੱਕਿਆ ਜਾਂਦਾ ਨਾ ਦੇਖ, ਫੋੜ ਮੂਹਰੋਂ ਹਲਕਾ, ਫੋੜ ਦੇ ਮੂਹਰੋਂ ਬੰਪਰ ਬੰਪਰ ਤਗੜੇ ਕਰਾਉਂਦੇ ਨੇ। ਤਾਂ ਆਪਣਾ ਸਵਰਾਜ ਬੈਲੀ ਬਹੁਤਾ ਫਿਰਦਾ, ਤਵਾਂਗਾ ਖੁੱਲ ਚੁੱਕਣਾ, ਅਤੇ ਹੁਣੇ ਬਸ ਥੱਲੇ ਲੱਗ ਜਾਣਗੇ। ਚੱਕ ਥੱਲੇ ਲੱਗ ਚੁੱਕਣਾ ਨੇ ਇਹ, ਅਤੇ ਹੁਣ ਆਪਾਂ ਇਹਨਾਂ ਨੂੰ ਸਹੀ ਸਹੀ ਲੈ ਕੇ ਜਾਂਦੇ ਹਾਂ। ਕੇਰਾ ਤਾਂ ਬਈ ਬਹੁਤ ਸਹੀ ਆ ਰਹੀਆਂ, ਨਵਾਂ ਸੁੱਧਣਾ ਹੀ ਆ, ਮਾੜਾ ਮੋਟਾ ਬੰਗਵਾਲ ਤਾਂ ਪੈ ਹੀ ਜਾਂਦਾ, ਐਡਾ ਦਾ ਕਿਹੜਾ ਚੱਕਰ ਆ। ਟਰੈਕਟਰ ਦਾ ਬਈ ਫੁੱਲ ਡਾਟ ਪਿਆ ਹੋਇਆ, ਫੁੱਲ ਧੂੰਆਂ ਮਾਰੀ ਜਾਂਦਾ ਟਰੈਕਟਰ, ਉਹਦਾ ਸਾਰਾ ਸਵਰਾਜ 'ਤੇ ਮੋੜਿਆ ਹੈਗਾ, ਭਲਾ ਜਿੰਨੇ ਮਰਜ਼ੀ ਟਾਈਮ 'ਚ ਲਾਵੇ, ਉਹ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਟਾਈਮ ਲਾਊਗਾ। ਉਹ ਥੋੜ੍ਹਾ ਘਣਾ ਬਹੁਤ ਚੀਜ਼ ਦਾ ਉਹਨਾਂ ਫਰਕ ਪੈਂਦਾ, ਤੋਰਾ ਤਾਂ ਬਹੁਤ ਆ, ਉਹ ਥੋੜ੍ਹੇ ਸਾਲ ਨਿੱਕੇ ਆ, ਇਹ ਥੋੜ੍ਹਾ ਜਿਹਾ ਤਾਂ ਵੱਧ ਕਵਰ ਕਰਦਾ, ਹਾਲ ਥੋੜ੍ਹਾ ਜਿਹਾ ਘੱਟ ਕਰਦੇ ਆ, ਉਹ ਵੀ ਫਰਕ ਆ।
ਟੂਰ ਦੇ ਉਹ ਜੱਕਲ ਕਾ ਹੋਏ ਉਹ ਜੈਕਟ ਤਾਂ ਰੱਖਦਾ ਠੀਕ ਆ ਠੀਕ ਆ ਉਹਦੇ ਬਾਹਰ ਨੂੰ ਕਰਾਉਂਦਾ ਹੀ ਕਿਹਾ ਆਪਾਂ ਆਪਣੇ ਵੀ ਵੈਸੇ ਹੁਣ ਤਾਂ ਇਹ ਟੈਕਨੋਲੋਜੀ ਆ ਗਈ ਹੁਣ ਤਾਂ ਪਾਵਰ 'ਤੇ ਹੋ ਜਾਂਦੀਆਂ ਇਹਨਾਂ ਤਾਂ ਤਾਂ ਪਰ ਆਪਣੇ ਇਹ ਏਡੇ ਨੇੜੇ ਦਾ ਤਾਂ ਹੋਣਾ ਹੀ ਨਹੀਂ ਪਰ ਇਹਨੂੰ ਰੱਖ ਲੈਂਦੇ ਟਰੈਕਟਰ ਕਿਆ ਬਾਤਾਂ ਕਰਾਉਂਦਾ ਆ ਰਿਹਾ ਕਿਆ ਬਾਤਾਂ ਟਰਨ ਦੇ ਟਰੈਕਟਰ ਇੰਨਾ ਤੇਜ਼ ਹੁੰਦਾ ਗੱਲਾਂ ਹੀ ਛੱਡ ਦੇ ਅਤੇ ਉਦੋਂ ਬਾਅਦ 'ਚ ਫਿਰ ਮਰਿਆ ਜਾਂਦਾ ਹੁਣ ਇੱਥੇ ਟਰੈਕਟਰ ਦਾ ਫੁੱਲ ਜ਼ੋਰ ਲੱਗਾ ਵਾ ਮੇਰਾ ਇਰਾਦਾ ਯਾਰ ਆਪ ਦਿਨ ਝੋਟੇ ਨੂੰ ਲਿਖਿਆ ਕਿ ਅਰਜਨ ਨੂੰ ਲਾਗੇ ਅਤੇ ਦੇਖੋਗੇ ਕੀ ਆ ਨਾ ਚੱਲ ਗਾਂਹ ਨੂੰ ਸਹੀ ਗਾਂਹ ਨੂੰ ਲਾਵਾਂਗੇ ਗਾਂਹ ਨੂੰ ਅਰਜਨ ਹੀ ਲਾਉਣਾ ਦੇਖਣਾ ਕਿੰਨਾ ਕੁ ਗਾਹ ਪਾਉਂਦਾ ਵਾ ਬਸ ਬਾਅਦ ਆ ਦੋ ਚਾਰ ਗੇੜਿਆਂ ਦੀ ਗੇਮ ਰਹਿ ਗਈ ਉਹ ਵੀ ਖਿੱਚੀ ਤਰੀ ਜਾਂਦਾ ਬਸ ਦੋ ਕੁ ਗੇੜਿਆਂ ਦਾ ਕੰਮ ਜਿਹਾ ਰਹਿ ਗਿਆ ਜੀ ਖਿੱਚ ਕੇ ਸਾਈਡ ਵਿਊ ਵੀ ਘੈਂਟ ਹੁੰਦਾ ਹਾਂ ਵਾਹ ਤਾਂ ਬਸ ਇੱਕ ਗੜਾ ਹੋਰ ਆ ਜਗ੍ਹਾ ਹੋਰ ਨਾ ਰਿਸਪੋਂਸ ਆਪਣਾ ਵਧੀਆ ਰਿਹਾ ਪਰ ਓਨਾ ਵਧੀਆ ਨਹੀਂ ਰਿਹਾ ਜਿੰਨਾ ਚਾਹੀਦਾ ਸੀਗਾ ਫੋਰਡ ਇੱਕਦਮ ਮੂਹਰੋਂ ਆ ਤਾਂ ਚੱਕਿਆ ਜਾਂਦਾ ਅਤੇ ਜ਼ਿਆਦਾਤਰ ਫੋਰਡ ਦੱਬ ਹੀ ਜਾਂਦਾ ਜਦੋਂ ਫੋਰਡ 'ਤੇ ਟਰਨ ਮਾਰਲਾ ਫੋਰਡ ਉਹ ਵੀ ਚੱਕਿਆ ਜਾਂਦਾ ਮੂਹਰੋਂ ਅੰਦਰ ਨੂੰ ਵਾਲ ਨਹੀਂ ਤਾਂ ਬਈ ਬਸ ਹੁਣ ਆਪਣੀ ਇੱਕ ਗੇੜੇ ਦੀ ਗੇਮ ਰਹਿ ਗਈ ਆ ਅਤੇ ਨਿਬੜ ਗਿਆ ਇੱਕ ਗੇੜਾ ਲਾਉਣ ਦੀ ਵੀ ਲੋੜ ਨਹੀਂ ਬਸ ਉਹ ਹੀ ਨਿਬੜ ਗਿਆ ਤਾਂ ਹੁਣ ਆਪਾਂ ਵਾਧੂ ਦਾ ਟੂਲ ਨਹੀਂ ਕਰਨੀ
ਤਾਂ ਗਾਇਸ ਫਾਈਨਲੀ ਆਪਾਂ ਆਪਦਾ ਸਾਰਾ ਵਣ ਵਾਹ ਚੁੱਕਿਆ ਅਤੇ ਤੀਜਾ ਵਣ ਵਾਹ ਆਪਣਾ ਭਈਆ ਬਾਹਰ ਆ, ਆਪਾਂ ਆਹੀ 2 ਕਿੱਲੇ ਸੀਗੇ ਵਾਹੁਣੇ ਸੀਗੇ ਅਤੇ ਵਾਹ ਤੇ। ਅਤੇ ਹੁਣ ਇਸ ਦੇ ਨਾਲ ਹੀ ਆਪਾਂ ਆਪਦੀ ਵੀਡੀਓ ਦਾ ਐਂਡ ਕਰਦੇ ਹਾਂ। ਉਮੀਦ ਕਰਦੇ ਹਾਂ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਨਾਲ ਦਿੱਤਾ ਗਿਆ ਬੈਲ ਆਈਕਨ ਦਾ ਬਟਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਮੇਰੀਆਂ ਨਵੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਮਿਲੇ। ਸੋ ਓਕੇ, ਬਾਏ, ਗੁੱਡ ਬਾਏ ਟੂ ਆਲ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ 'ਚ। ਓਕੇ।